सारे जग विच वसण वाले पंजाबियों नूं मेरे वालों प्यार भरिया सलाम आदाब ते निघा जिहा सति श्री अकाल। पंजाबी कल ते अज विच तुहाडा स्वागत है। पंजाबी कल ते अज दे परागे विच शामिल है अंग्रेज़ां ने किस तरह पंजाब नूं अपने जुल्म दा निशाना बनाया, जिन्हां नूं डाकू या बदमाश किया जांदा है। किधरे वो अंग्रेज़ां दे खिलाफ जंग ते नहीं सी कर रहे? मलंगी बागी क्यों बनिया? दिने राज फरंगी दा ते राती राज मलंगी दा ऐ नारा हर पासे क्यों गूंजदा सी? मलंगी ने सिखां दी धार्मिक लहर दा साथ क्यों दिता? ਇਹ ਸਭ ਕੁਝ ਅਤੇ ਹੋਰ ਬਹੁਤ ਕੁਝ ਜਾਣਨ ਲਈ ਮੇਰੇ ਨਾਲ ਜੁੜੇ ਰਹੋ। ਅੰਗਰੇਜ਼ਾਂ ਪੰਜਾਬ ਵਿੱਚ ਆਪਣੇ ਪੈਰ ਜਮਾਉਣ ਲਈ ਪੰਜਾਬ ਦੇ ਫਿਊਡਲਸ ਜਾਂ ਜਾਗੀਰਦਾਰਾਂ ਨੂੰ ਪਾਲਿਆ ਅਤੇ ਸਾਂਭਿਆ। ਅੰਗਰੇਜ਼ਾਂ ਪੰਜਾਬ ਦੇ ਅਣਖੀ ਸੂਰਮਿਆਂ ਨੂੰ ਕਾਬੂ ਕਰਨ ਲਈ ਜਾਗੀਰਦਾਰਾਂ, ਜ਼ੈਲਦਾਰਾਂ, ਲੰਬਰਦਾਰਾਂ ਨੂੰ ਸਰਕਾਰ ਦੀ ਤਾਕਤ ਦਾ ਸਹਾਰਾ ਦਿੱਤਾ। ਹੱਲਾਸ਼ੇਰੀ ਦਿੱਤੀ ਕਿ ਜਾਗੀਰਦਾਰ, ਜ਼ੈਲਦਾਰ, ਲੰਬਰਦਾਰ ਅੰਗਰੇਜ਼ਾਂ ਦੇ ਬਾਂਹ ਬੇਲੀ ਬਣ ਜਾਣ। ਬਦਲੇ ਵਿੱਚ ਅੰਗਰੇਜ਼ ਵੱਲੋਂ ਉਹਨਾਂ ਨੂੰ ਕਈ ਪੱਧਰ ਦੇ ਫਾਇਦੇ ਮਿਲੇ। ਐਨ ਜਾਗੀਰਦਾਰਾਂ, ਜ਼ੈਲਦਾਰਾਂ, ਲੰਬਰਦਾਰਾਂ ਅੰਗਰੇਜ਼ਾਂ ਦੇ ਹਥਿਆਰ ਬਣ ਕੇ ਆਮ ਲੋਕਾਂ 'ਤੇ ਜ਼ੁਲਮ ਕੀਤੇ। ਇਸ ਸਭ ਦੇ ਬਾਵਜੂਦ ਪੰਜਾਬ ਵਿੱਚ ਕੋਈ ਨਾ ਕੋਈ ਅਣਖੀ ਸਮੇਂ ਦੀ ਸਭ ਤੋਂ ਵੱਡੀ ਤਾਕਤ ਦੇ ਨਾਲ ਟਕਰਾਉਂਦਾ ਰਿਹਾ, ਅੰਗਰੇਜ਼ ਅਤੇ ਉਹਦੇ ਵਫ਼ਾਦਾਰਾਂ ਖਿਲਾਫ਼ ਲੜਦਾ ਰਿਹਾ। ਅੰਗਰੇਜ਼ਾਂ ਨੇ ਇੱਕ ਹੋਰ ਬੜੀ ਵੱਡੀ ਚਾਲ ਚੱਲੀ, ਪੰਜਾਬੀਆਂ ਦੇ ਵਿਚਕਾਰ ਕੰਮ, ਰੰਗ ਅਤੇ ਨਸਲ ਦੀਆਂ ਦੀਵਾਰਾਂ ਖੜੀਆਂ ਕਰਨ ਦੇ ਬਹਾਨੇ ਤਲਾਸ਼ ਕੀਤੇ ਗਏ। ਮਿਹਨਤ ਕਰਨ ਵਾਲਿਆਂ, ਕਿਰਤ ਕਰਨ ਵਾਲਿਆਂ ਅਤੇ ਆਪਣੇ ਹੱਥੀਂ ਕੰਮ ਕਰਨ ਵਾਲਿਆਂ ਨੂੰ ਕੰਮੀ ਕਿਹਾ ਗਿਆ। ਇਸ ਹਨੇਰੀ ਵਿੱਚ ਹੀ ਪੰਜਾਬ ਦੇ ਕੁਝ ਬਹਾਦਰ, ਇਸ ਧਰਤੀ ਦੇ ਕੁਝ ਸਪੂਤ ਆਪਣੇ ਪੈਰਾਂ 'ਤੇ ਖੜ੍ਹੇ ਰਹੇ। ਉਹਨਾਂ ਵਿੱਚ ਰਾਏ ਅਹਿਮਦ ਖਾਂ ਖਰਲ, ਨਿਜ਼ਾਮ ਲੋਹਾਰ, ਜਬਰੂ, ਚਿਰਾਗ, ਨਿਜ਼ਾਮਦੀਨ, ਜੱਗਾ ਅਤੇ ਮਲੰਗੀ ਜੇ ਨਾਂ ਵੱਜਦੇ ਨੇ। ਇਹਨਾਂ ਅੰਗਰੇਜ਼ਾਂ ਦੀ ਮੂੰਹ ਜ਼ੋਰ ਤਾਕਤ ਨਾਲ ਟੱਕਰ ਲਈ। ਇਹਨਾਂ ਵਿੱਚੋਂ ਕਈਆਂ ਨੂੰ ਕੰਮੀ ਕਿਹਾ ਗਿਆ, ਡਾਕੂ ਕਿਹਾ ਗਿਆ, ਪਰ ਜੋ ਸਮੇਂ ਦੀ ਤਾਕਤ ਨਾਲ ਭੀੜ ਗਏ, ਆਮ ਲੋਕਾਈ ਅੱਜ ਵੀ ਉਹਨਾਂ ਨੂੰ ਆਪਣਾ ਹੀਰੋ ਮੰਨਦੀ ਹੈ। ਮਲੰਗੀ ਪੰਜਾਬ ਦੀ ਬਹਾਦਰੀ ਦੀ ਕਹਾਣੀ ਦਾ ਉਹ ਪਾਤਰ ਹੈ ਜੋ ਸਮੇਂ ਦੇ ਨਾਲ ਹੋਰ ਉੱਗੜ ਕੇ ਸਾਹਮਣੇ ਆਇਆ ਹੈ। ਲਾਹੌਰ ਦੇ ਨਾਲ ਲੱਗਦਾ ਜ਼ਿਲ੍ਹਾ ਕਸੂਰ, ਜਿਹਦੀ ਤਹਿਸੀਲ ਚੂਨੀਆ ਹੈ, ਇਤਿਹਾਸਕਾਰਾਂ ਦੀ ਖੋਜ ਮੁਤਾਬਿਕ ਚੂਨੀਆ 8ਵੀਂ ਸਦੀ ਵਿੱਚ ਵੀ ਮੌਜੂਦ ਸੀ। ਅਕਬਰ ਬਾਦਸ਼ਾਹ ਨੇ ਆਪਣਾ ਬਰੂਦਖਾਨਾ ਵੀ ਚੂਨੀਆ ਵਿੱਚ ਬਣਾਈ ਰੱਖਿਆ ਸੀ। ਚੂਨੀਆ ਆਪਣੇ ਨਾਲ ਲੱਗਦੇ ਜੰਗਲ ਛਾਂਗਾ ਮਾਂਗਾ ਪਾਰੋਂ ਵੀ ਮਸ਼ਹੂਰ ਹੈ। ਸਿੱਖ ਤਰੀਖ ਲਿਖਣ ਵਾਲਿਆਂ ਮੁਤਾਬਕ ਚੂਨੀਆ ਵਿੱਚ ਅਨਟੱਚੇਬਲਸ ਦੀ ਇੱਕ ਵੱਡੀ ਗਿਣਤੀ ਵਸਦੀ ਸੀ, ਜੋ ਸੂਫੀਆਂ ਤੇ ਹੁਕਮਰਾਨਾਂ ਦੇ ਕਾਰਨ ਮੁਸਲਮਾਨ ਹੋ ਗਈ। ਛਾਂਗਾ ਮਾਂਗਾ ਜੰਗਲ ਦੇ ਨਾਲ ਇੱਕ ਪਿੰਡ ਸੀ ਲਾਖੂ। ਲਾਖੂ ਵਿੱਚ ਮਲੰਗੀ ਜੰਮਿਆ। ਮਲੰਗੀ ਅਜੇ 6 ਮਹੀਨਿਆਂ ਦਾ ਸੀ ਜਦੋਂ ਉਸਦਾ ਪਿਓ ਚਲਾਣਾ ਕਰ ਗਿਆ। ਮਲੰਗੀ ਦੀ ਮਾਂ ਇੱਕ ਕਮਜ਼ੋਰ ਔਰਤ ਸੀ। ਉਹ ਆਪਣੇ ਘਰ ਵਾਲੇ ਦੀ ਮੌਤ ਤੋਂ ਬਾਅਦ ਆਪਣੀ ਜ਼ਮੀਨ ਨੂੰ, ਆਪਣੀ ਭੋਏ ਨੂੰ ਸਾਂਭ ਨਾ ਸਕੀ। ਇੰਜ ਲਾਖੂ ਪਿੰਡ ਦੇ ਲੰਬਰਦਾਰ ਨੇ ਉਹਦੀ ਭੋਏ 'ਤੇ ਜ਼ਬਰਦਸਤੀ ਕਬਜ਼ਾ ਕਰ ਲਿਆ। ਇਸ ਔਖੇ ਸਮੇਂ ਵਿੱਚ ਇੱਕ ਸਿੱਖ ਨੇ ਮਲੰਗੀ ਨੂੰ ਆਪਣਾ ਪੁੱਤਰ ਬਣਾ ਲਿਆ ਅਤੇ ਉਹਨੂੰ ਪਾਲਿਆ। ਕੁਝ ਦਾਸਤਾਨਾਂ ਵਿੱਚ ਇਹ ਵੀ ਹੈ ਕਿ ਮਲੰਗੀ ਦੀ ਮਾਂ ਨੇ ਉਸ ਸਿੱਖ ਨਾਲ ਵਿਆਹ ਕਰ ਲਿਆ ਸੀ। ਮਲੰਗੀ ਦੀ ਮਾਂ ਆਪਣੇ ਪੁੱਤਰ ਦੇ ਜਵਾਨ ਹੋਣ ਨੂੰ ਉਡੀਕਦੀ ਰਹੀ। ਉਹ ਲੰਬਰਦਾਰ ਦੇ ਜ਼ੁਲਮ ਖਿਲਾਫ ਕਦੇ ਨਾ ਬੋਲੀ, ਪਰ ਉਸ ਅੰਦਰ ਇਹ ਭਾਂਬੜ ਹਰ ਵੇਲੇ ਮਚਿਆ ਰਹਿੰਦਾ ਕਿ ਲੰਬਰਦਾਰ ਨੇ ਉਹਦੇ ਪੁੱਤਰ ਦੀ ਭੋਏ 'ਤੇ ਕਬਜ਼ਾ ਕਰ ਰੱਖਿਆ ਹੈ, ਜੋ ਇੱਕ ਦਿਨ ਮਲੰਗੀ ਉਸ ਤੋਂ ਵਾਪਸ ਲਵੇਗਾ। ਮਲੰਗੀ ਜਦੋਂ ਕੜੀਅਲ ਜਵਾਨ ਬਣਿਆ ਤਾਂ ਉਸਨੇ ਇੱਕ ਮੁਸਲਮਾਨ ਕੁੜੀ ਨਾਲ ਵਿਆਹ ਕਰ ਲਿਆ। ਮਲੰਗੀ ਖੁਦ ਵੀ ਮੁਸਲਮਾਨ ਸੀ, ਪਰ ਉਹਨੂੰ ਪਾਲਿਆ ਇੱਕ ਸਿੱਖ ਨੇ ਸੀ। ਇਸ ਗੱਲ ਨੂੰ ਲੈ ਕੇ ਉਸ ਇਲਾਕੇ ਦੇ ਲੰਬਰਦਾਰ ਨੇ ਬੜਾ ਰੌਲਾ ਪਾਇਆ ਕਿ ਇੱਕ ਸਿੱਖ ਦੀ ਸ਼ਾਦੀ ਮੁਸਲਮਾਨ ਨਾਲ ਨਹੀਂ ਹੋ ਸਕਦੀ। ਲੰਬਰਦਾਰ ਨੇ ਆਪਣੀ ਤਾਕਤ ਅਤੇ ਧੌਂਸ ਦੇ ਇਸਤੇਮਾਲ ਨਾਲ ਮਲੰਗੀ ਅਤੇ ਉਹਦੀ ਘਰਵਾਲੀ ਦਾ ਸੋਸ਼ਲ ਬਾਈਕਾਟ ਕਰਵਾ ਦਿੱਤਾ। ਜਦੋਂ ਪਿੰਡਾਂ ਵਿੱਚ ਇਹ ਗੱਲ ਟੁਰੀ ਤਾਂ ਪੁਰਾਣੇ ਕਿੱਸੇ ਫੇਰ ਤੋਂ ਜੀਵਤ ਹੋ ਗਏ। ਹੁਣ ਮਲੰਗੀ ਨੂੰ ਉਸ ਦੀ ਮਾਂ ਨੇ ਇਹ ਵੀ ਯਾਦ ਕਰਵਾਇਆ ਕਿ ਉਸ ਦੀ ਵਿਰਾਸਤੀ ਜ਼ਮੀਨ ਜੋ ਉਹਦਾ ਪਿਓ ਛੱਡ ਕੇ ਮਰਿਆ ਸੀ, ਉਸ ਉੱਪਰ ਲੰਬਰਦਾਰ ਕਿੰਨੇ ਸਾਲਾਂ ਤੋਂ ਕਾਬਜ਼ ਹੈ। ਮਲੰਗੀ ਦੇ ਜਵਾਨ ਲਹੂ ਲਈ ਹੁਣ ਇੱਕ ਵੰਗਾਰ ਬਣ ਗਈ।
कि वह अपने प्यो दादे दी भोए लंबरदार तो छुड़वाए। मलंगी हुण खुल के लंबरदार के खिलाफ हो गया। बहुत छेती मलंगी ने अपने भरा सौदागर सिंह नाल मिल के लंबरदार तो अपनी पैली छुड़वा ली। लंबरदार मलंगी नू कमी समझदा सी, पर जदों मलंगी ने लंबरदार तो अपनी भोए वापस लै ली तो मलंगी लंबरदार दियां अखां विच रड़कण लग पिया। लंबरदार ने इलाके दे अंग्रेज अफसरां नाल मिल के एक चाल चली ते मलंगी नू कतल दे झूठे मुकदमे विच फसा दिता। इस वाके ने मलंगी नू पूरी तरह बदल दिता। वह जान गया कि अंग्रेज ते जागीरदार इलाके दे कमजोर ते मेहनत करन वाले लोकां नू इज्जत अणख ते आजादी नाल जीण नहीं देणगे। लाखू पिंड दा मलंगी हुण अपनी लड़ाई छड़ के अपने वर्गे इंसानां दी आजादी ते धरती दी आजादी दी लड़ाई लड़न लई तैयार हो गया। इस तों पहलां कि मलंगी सरकारी पुलिस दे हत्थ आउंदा, मलंगी डाकुआं दी इक टोली नाल रल गया। इंज मलंगी ने समें दी सब तों वड्डी ताकत ते उस दे चेलियां दे खिलाफ हथियार चुक लए। हुण मलंगी अंग्रेज़ अफसरां, जालम जागीरदारां, जिम्मेदारां, व्याजखोरां दा वैरी बन गया। मलंगी इन्हां अमीर ताकतवरां कोलों दौलत लुटदा ते निमाणे गरीब लोकां विच वंड देंदा। लोक मलंगी नूं अपना मसीहा हीरो मन्नण लग पए। आम लोकाई मलंगी दी लम्मी उम्र दियां दुआवां मंगदी। उस वेले इक नारा कदी कदी गूंजदा, दिने राज फरंगी दा, राती राज मलंगी दा। लोक मलंगी नूं माझे दा शेर पुत्तर कहिंदे। मलंगी ऑनरेरी मजिस्ट्रेटां ते जैलदारां दा दुश्मन बन गया। उन्हें इलाके दे हर विगड़े चौधरी, सरकार अफसर ते फन्ने खान नूं नत्थ पा दित्ती। अंग्रेज़ अफसरां, अंग्रेज़ पुलिस, अंग्रेज़ दे वफादारां नूं मलंगी तों डर लगन लग पिया सी। 1920 दे दहाके विच सिखां दी अकाली मूवमेंट चल रही सी। सिख गुरद्वारियां नूं हिंदू महंतां तों छुड़वाना चाहुंदे सन। उस वेले मलंगी दा लाहौर, शेखूपुरा ते कसूर दे आले दुआले इलाकियां विच डंका वजदा सी। मलंगी रात वेले लाहौर, कसूर, शेखूपुरा दे आल दुआले पिंडां विच छुपदा या फिर छांगा मंगा दे जंगल विच जा के पनाह लैंदा सी। मलंगी ने सिखां दी लहर दा भरवां साथ दित्ता। एंजो वेले दे लीडरां दियां जरूरतां भी पूरियां करदा रहा। चूनिया दे नेड़े बग्गे पिंड दा फतेह अराई मलंगी दी बड़ी टहल सेवा करदा सी। मलंगी फतेह अराई ते भरोसा करन लग पिया। मलंगी यारां दा यार सी, ओ हर इम्तिहान विच पूरा उतरिया। मलंगी फतेह अराई कोल पैसा भी रखदा सी। दूजे पासे अंग्रेज़ अफसरां ते जिम्मेदारां मिल के फतेह अराई नूं लालच दे के अपने नाल रला लिया। अंग्रेज़ ने फतेह अराई नूं मुखबरी करन दे इनाम विच 3 मुरब्बे देण दा वादा कीता। इंज लालच च आ के उस ने एक रात मलंगी ते उस दे साथियां नूं फड़वा दिता। मलंगी ते मुकदमा चलाया गया। उस ते कई सच्चे झूठे केस बना दिते गए। अखीरी 1927 विच मलंगी नूं फाई ला दिता गया। मलंगी दी मौत नाल अंग्रेज़ां लई खौफ दा एक नां ते वंगार पाण वाला एक सूरमा मुक गया। पंजाब दी धरती ते ऐसे बहादुर सूरमे जमदे रहे जो अंग्रेज़ दे खिलाफ लड़दे रहे, ते मलंगी उन्हां विचों एक जीवत किरदार है। पंजाबी काल ते अज दे परागे विच पंजाब दी धरती दे एक बहादुर सूरमे मलंगी दी कहानी तुहानू कैसी लगी, अपना फीडबैक देना ना भुलना। आ गया दिओ, जिउंदे वसदे रहो, रब राखा।